ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੁਲਵੰਤ ਸਿੰਘ ਮੈਰੀਲੈਂਡ ਤੋਂ। ਹਾਂਜੀ ਹਾਂਜੀ ਕੁਲਵੰਤ ਸਿੰਘ ਜੀ, ਇਹ ਵਿਸ਼ੇ ਤੇ ਤੁਹਾਡੇ ਬਿਲਕੁਲ ਚੋਣਵੇਂ ਤੇ ਨਰਾਲੇ ਹੁੰਦੇ ਨੇ, ਪਰ ਇਸ ਵਿਸ਼ੇ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਭਈ ਹਰ ਦੋ ਤਿੰਨ ਪਿੰਡਾਂ ਦਾ ਜ਼ੋਨ ਬਣਾ ਕੇ ਉਹਨਾਂ ਵਿੱਚ ਖੇਡ ਸਟੇਡੀਅਮ ਬਣੇ ਹੋਣ। ਵੱਡੇ ਪਿੰਡਾਂ ਵਿੱਚ ਵੱਖਰੇ ਤੌਰ ਤੇ ਵੀ ਹੋਣੇ ਚਾਹੀਦੇ ਨੇ। ਹੈਲੋ ਜੀ, ਜੀ ਆ ਰਹੀ ਆਵਾਜ਼ ਜੀ? ਹਾਂਜੀ ਹਾਂਜੀ, ਤੇ ਵੱਡੇ ਪਿੰਡਾਂ ਚ ਤੇ ਵੱਖਰੇ ਤੌਰ ਤੇ ਵੀ ਹੋਣੇ ਚਾਹੀਦੇ ਆ, ਉਹਨਾਂ ਤੇ ਨਗਰਾਨ ਜਿਹੜੇ ਨੇ ਕੋਚ ਉਹ ਚੰਗੇ ਭਲੇ ਹੋਣੇ ਚਾਹੀਦੇ ਨੇ। ਰਹਿ ਗਈ ਗੱਲ ਇਹਦੇ ਤੇ ਸ਼ਾਸਤਰੀ ਹੋਣੀ ਚਾਹੀਦੀ, ਚੰਗੀ ਖੁਰਾਕ ਹੋਣੀ ਚਾਹੀਦੀ ਆ ਤਾਂ ਕਿ ਬੱਚੇ ਅੱਗੇ ਨੂੰ ਵਧਣ, ਔਰ ਜਿਹੜਾ ਡੋਪ ਟੈਸਟ ਆਉਂਦੇ ਉਹ ਲਾਜ਼ਮੀ ਕਰ ਦੇਣਾ ਚਾਹੀਦਾ ਇਹਨਾਂ ਦਾ, ਤਾਂ ਜਾ ਕੇ ਖੇਡਾਂ ਵਾਲੇ ਬੱਚੇ ਵੱਧ ਸਕਦੇ। ਬਿਲਕੁਲ ਕੁਲਵੰਤ ਸਿੰਘ ਜੀ, ਅਸੀਂ ਐਸਟ੍ਰੋਟਰਫ ਜਾਪੋਨੀ ਐਸਟ੍ਰੋਟਰਫ ਦੀ ਗੱਲ ਕਰ ਰਹੇ ਸੀ। ਮੇਰੇ ਖਿਆਲ ਪਹਿਲਾਂ ਤਾਂ ਸਾਨੂੰ ਇੱਕ ਬੇਸਿਕ ਸਟੇਡੀਅਮ, ਬੇਸਿਕ ਪਲੇਗਰਾਊਂਡ ਦੇਣ ਦੀ ਲੋੜ ਆ, ਉਸ ਤੋਂ ਬਾਅਦ ਆਪਾਂ ਐਸਟ੍ਰੋਟਰਫ ਵੱਲ ਵੀ ਵੱਧ ਸਕਦੇ ਹਾਂ।